ਯੈਸਟਰਡੇ ਹਿਸ ਐਂਕਰ ਔਰ ਇੰਪਲਾਈ ਉਹਨੇ ਆਪਣਾ ਗੁੱਸਾ ਦਫ਼ਤਰ ਵਿੱਚ ਜਾ ਕੇ ਆਪਣੇ ਕਰਮਚਾਰੀ ਆਪਣੇ ਨੌਕਰ ਨੇ ਕੱਢ ਦਿੱਤਾ ਆਪਦਾ ਰਾਹਤ ਉੱਡ ਮਿਲ ਗਈ ਤੇ ਇੰਪਲਾਈ ਉਸੇ ਨਾ ਭਰ ਗਿਆ ਇੰਪਲਾਈ ਯੈਸਟਰਡੇ ਹਿਸ ਐਂਕਰ ਔਰ ਲਿਫਟਮੈਨ ਉਹਨੇ ਆਪਣਾ ਗੁੱਸਾ ਕੱਢ ਦਿੱਤਾ ਇੰਪਲਾਈ ਨੇ ਲਿਫਟਮੈਨ ਤੇ ਤਾਂ ਦੱਸਿਆ ਸੀ ਕਿ ਉਹਨੇ ਪਲੀਜ਼ ਟੌਪ ਨਹੀਂ ਕਿਹਾ ਉਹਨੇ ਕਿਹਾ ਟੌਪ ਉੱਤੇ ਲੈ ਚੱਲ ਮੈਨੂੰ ਠੀਕ ਆ ਉਹਨੇ ਇਸ ਤਰ੍ਹਾਂ ਕਿਉਂ ਕਿਹਾ ਕਿਉਂਕਿ ਪਹਿਲਾਂ ਗੁੱਸੇ ਸੀ ਤੇ ਉਹਨੇ ਅੱਗੇ ਗੁੱਸੇ ਚ ਬੋਲਿਆ ਤੇ ਉਹਦਾ ਗੁੱਸਾ ਟ੍ਰਾਂਸਫਰ ਕਿਤੇ ਕੋਲ ਹੋ ਗਿਆ ਲਿਫਟਮੈਨ ਦੇ ਕੋਲ ਤਾਂ ਲਿਫਟਮੈਨ ਵੇਸਟਡ ਹਿਸ ਐਂਗਰ ਔਨ ਹਿਸ ਵਾਈਫ ਉਹਨੇ ਆਪਣਾ ਗੁੱਸਾ ਕਿੱਥੇ ਕੱਢਿਆ ਆਪਣੀ ਵਾਈਫ ਤੇ ਤੇ ਵਾਈਫ ਕਿਤੇ ਗੁੱਸਾ ਕੱਢ ਗਈ ਅੱਗੇ ਬੱਚਿਆਂ ਤੇ ਬੱਚੇ ਕਿਤੇ ਗੁੱਸਾ ਕੱਢਣਗੇ ਕਿਸੇ ਕੁੱਤੇ ਤੇ ਜਾਂ ਕਿਸੇ ਹੋਰ ਚੀਜ਼ ਦੇ ਉੱਪਰ ਜਿਹਦੇ ਉੱਪਰ ਜ਼ੋਰ ਨਾ ਚੱਲੇ ਜਿਹੜਾ ਆਪ ਤੋਂ ਮਾੜਾ ਹੁੰਦਾ ਆਪਾਂ ਗੁੱਸਾ ਅਸਲ ਵਿੱਚ ਉਹਦੇ ਤੇ ਹੀ ਕੱਢ ਸਕਦੇ ਹਾਂ ਜਿਹੜਾ ਆਪ ਤਕੜਾ ਆ ਉਹਦੇ ਉੱਤੇ ਗੁੱਸਾ ਕੱਢ ਕੇ ਆਪਾਂ ਕੱਢਣਾ ਨਹੀਂ ਹੈ ਪਰ ਇਸ ਦੇ ਉਲਟ ਕੀ ਹੋਇਆ ਤਾਂ ਬੇ ਆਫ ਕੰਡਕਟ ਆਫ ਆ ਬਸ ਕੰਡਕਟ ਇੱਕ ਬਸ ਕੰਡਕਟ ਹੈ ਬੇ ਆਫ ਕੰਡਕਟ ਸੀਗਾ ਉਹਦਾ ਰਵੱਈਆ ਸੀਗਾ ਆਪਣੇ ਯਾਤਰੀਆਂ ਨਾਲ ਗੱਲਬਾਤ ਕਰਨ ਦਾ ਇੰਪ੍ਰੈਸਡ ਦਾ ਆਥਰ ਸੋ ਮਚ ਉਹਨੇ ਆਥਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਠੀਕ ਹੈ ਇੱਕ ਪਾਸੇ ਆ ਦੂਜੇ ਦਾ ਚੱਕਰ ਚੱਲਿਆ ਕੰਮ ਬਗਲ ਕਰਕੇ ਦੂਜੇ ਪਾਸੇ ਉਹਦੇ ਵਧੀਆ ਵਿਵਹਾਰ ਦੇ ਕਰਕੇ ਆਥਰ ਬਹੁਤ ਇੰਪ੍ਰੈਸ ਹੋਇਆ ਬਲਿਆ ਵੀ ਇਦਾਂ ਦਾ ਵੀ ਕੋਈ ਬੰਦਾ ਹੈ ਠੀਕ ਹੈ ਬਹੁਤ ਇੰਪ੍ਰੈਸ ਹੋਇਆ ਉਹਨੇ ਉਹ ਗੱਲ ਆਪਣੇ ਫਿਰ ਕੀਤੀ ਤੇ ਅੱਗੇ ਲਿਖਿਆ ਕਿ ਗੁੱਡ ਮੈਨਰ ਸਪਰੈਡ ਲਾਈਕ ਸਮੈਲ ਆਫ ਰੋਜ਼ ਜਿਹੜੇ ਗੁੱਡ ਮੈਨਰ ਦਾ ਉਹ ਜਿਵੇਂ ਗੁਲਾਬ ਦੇ ਫੁੱਲਾਂ ਦੀ ਸੁਗੰਧ ਹੁੰਦੀ ਹੈ ਤਾਂ ਇਸ ਤਰ੍ਹਾਂ ਫੈਲਦੀ ਹੈ ਯਾਨੀ ਕਿ ਫੈਲਦੀ ਆ ਹੌਲੀ ਹੌਲੀ ਪਰ ਬੈਡ ਮੈਨਰ ਸਪਰੈਡ ਲਾਈਕ ਇਨਫੈਕਸ਼ਨ ਜੋ ਬੈਡ ਮੈਨਰ ਦਾ ਉਹ ਇਸ ਤਰ੍ਹਾਂ ਫੈਲਦੀ ਹੈ ਜਿਵੇਂ ਇੱਕ ਕਿਸੇ ਇਨਫੈਕਸ਼ੀਅਸ ਡਿਜ਼ੀਜ਼ ਦੀ ਇਨਫੈਕਸ਼ਨ ਫੈਲਦੀ ਹੁੰਦੀ ਹੈ ਜੇ ਨਾਕ ਦੇ ਰੋਗ ਕਹਿ ਦਿੰਦੇ ਆ ਹਵਾ ਦੇ ਰਾਹੀਂ ਪਾਣੀ ਦੇ ਰਾਹੀਂ ਬਹੁਤ ਤੇਜ਼ ਰਫ਼ਤਾਰ ਨਾਲ ਫੈਲਦੀ ਜਿਵੇਂ ਮੰਨ ਲਓ ਕੋਈ ਕਿਸੇ ਨੂੰ ਜ਼ੁਕਾਮ ਹੋਇਆ ਉਹ ਦੋਹਤਰ ਤੋਂ ਚਲਾ ਗਿਆ ਕੈਨੇਡਾ ਚਲਾ ਗਿਆ ਤਾਂ ਜ਼ੁਕਾਮ ਉਹਦੇ ਨਾਲ ਹੀ ਜਾਊਗਾ ਇਨਫੈਕਸ਼ਨ ਨਾਲ ਹੀ ਜਾਊਗੀ ਸੋ ਦੋਹਤਰ ਤੋਂ ਲੈ ਕੇ ਕੈਨੇਡਾ ਅਮਰੀਕਾ ਤੱਕ ਇਨਫੈਕਸ਼ਨ ਚਲ ਗਈ ਠੀਕ ਤੇ ਜੇ ਕੋਈ ਬੰਦਾ ਕਹੇ ਕਿ ਦੋਹਤਰ ਜਾਂ ਕਿਸੇ ਹੋਰ ਪਿੰਡ ਵਿੱਚ ਲੱਗੇ ਬਾਗ ਦੇ ਵਿੱਚ ਫੁੱਲਾਂ ਦੀ ਸੁਗੰਧ ਇਕੱਠੀ ਕਰਕੇ ਮੈਂ ਕੈਨੇਡਾ ਲੈ ਜਾਵਾਂ ਤਾਂ ਨਹੀਂ ਜਾ ਸਕਦਾ ਕਹਿਣ ਦਾ ਮਤਲਬ ਇਹ ਆ ਕਿ ਸਮੈਲ ਹੌਲੀ ਹੌਲੀ ਫੈਲਦੀ ਹੁੰਦੀ ਹੈ ਤੇ ਉਹਦਾ ਘੇਰਾ ਥੋੜਾ ਹੁੰਦਾ ਬਾਗ ਦੇ ਵਿੱਚ ਸਮੈਲ ਬਾਗ ਹੀ ਰਹਿ ਜਾਂਦੀ ਬਾਹਰ ਨਹੀਂ ਆਉਂਦੀ ਠੀਕ ਅੱਗੇ ਦੇਖੋ ਵੀ ਕੈਨ ਸੋਲਵ ਐਵਰੀ ਕੰਪਲੈਕਸ ਪ੍ਰੋਬਲਮ ਵਿਦ ਦਾ ਹੈਲਪ ਆਫ ਪੋਲਾਈਟ ਵਰਡ ਅਸੀਂ ਨਿਵਰ ਸ਼ਬਦਾਂ ਦੀ ਵਰਤੋਂ ਕਰਕੇ ਹਰ ਸਮੱਸਿਆ ਦਾ ਸਮਾਧਾਨ ਕਰ ਸਕਦੇ ਹਾਂ ਵੈਨ ਵੀ ਗੋ ਥਰੂ ਦਾ ਹਿਸਟਰੀ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਅਸੀਂ ਹਿਸਟਰੀ ਜਾਂ ਰੱਖਿਆ ਪਤਾ ਹੋਗਾ ਮਹਾਭਾਰਤ ਰਮਾਇਣ ਬਾਰੇ ਕਿ ਵੀ ਕਮ ਟੂ ਨੋ ਦੈਟ ਮਹਾਭਾਰਤ ਵਾਸ ਦਾ ਕੌਜ਼ ਆਫ ਦ ਬੈਡ ਬਿਹੇਵੀਅਰ ਆਫ ਦ੍ਰੋਪਦੀ ਟੁਵਰਡਸ ਕੌਰਵਾਂ ਮਹਾਭਾਰਤ ਦਾ ਸਿੱਟਾ ਕਿਹਦਾ ਸੀ ਮਹਾਭਾਰਤ ਸਿੱਟਾ ਸੀ ਦ੍ਰੋਪਦੀ ਤੇ ਬੈਡ ਬਿਹੇਵੀਅਰ ਦਾ ਕੌਰਵਾਂ ਦੇ ਨਾਲ ਉਹਨੇ ਬੁਰਾ ਵਰਤਾਓ ਕੀਤਾ ਜਦ ਕੌਰਵਾਂ ਭਰਾ ਜਿਹੜੇ ਸੀਗੇ ਉਹਨੂੰ ਕੁਛ ਲੈ ਕੇ ਫਲ ਫਰੂਟ ਦੀਆਂ ਟੋਕਰੀਆਂ ਲੈ ਕੇ ਉਹਨੂੰ ਮੰਨ ਗਿਆ ਸੀ ਆਪਣੇ ਭਰਾ ਨੂੰ ਜਦੋਂ ਦ੍ਰੋਪਦੀ ਉਹਨਾਂ ਨੂੰ ਪੈਂਡ ਗਿਆ ਸੀ ਤਾਂ ਜਦੋਂ ਸ਼ਬਦ ਇੱਕ ਬਣੀ ਸੀਗੀ ਲੱਕੜੀ ਸ਼ਬਦ ਬਣਾਉਂਦੇ ਹੁੰਦੇ ਸੀ ਹੁਣ ਤਾਂ ਬਣਾਉਂਦੇ ਜਦੋਂ ਲੱਗਣ ਲੱਗੇ ਤਾਂ ਪੈਰ ਘਾਟ ਗਿਆ ਸੀ ਕੌਰਵਾਂ ਦੇ ਕਿਸੇ ਇੱਕ ਘਾ ਦਾ ਉਹ ਡਿੱਗਦਾ ਡਿੱਗਦਾ ਬਚਿਆ ਤੇ ਦ੍ਰੋਪਦੀ ਉੱਪਰ ਖੜੀ ਸੀ ਉਹਨੇ ਕਿਹਾ ਕਿ ਅੰਨੇ ਦਾ ਮੁੰਡਾ ਹੱਲਾ ਸੋ ਉਹਨਾਂ ਨੂੰ ਗੁੱਸਾ ਲੱਗਿਆ ਕਿਉਂਕਿ ਉਹਨਾਂ ਦਾ ਡੈਡੀ ਜਿਹੜਾ ਸੀ ਕੌਰਵਾਂ ਦਾ ਉਹਨੂੰ ਦਿਸਦਾ ਨਹੀਂ ਸੀ ਇਸ ਕਰਕੇ ਉਹ ਗੁੱਸਾ ਅੱਗੇ ਅੱਗੇ ਫੈਲੀ ਗਿਆ ਫੈਲੀ ਗਿਆ ਫੈਲੀ ਗਿਆ ਤਾਂ ਆਪ ਵਿੱਚ ਉਹ ਮਹਾਭਾਰਤ ਦੇ ਮੰਬਲ ਬਣ ਕੇ ਫੁੱਟਿਆ ਦੁੱਧ ਵਿੱਚ ਕਿੰਨੇ ਲੋਕਾਂ ਦੀ ਜਾਨ ਗਈ ਜਾਂ ਆਪਾਂ ਸਭ ਜਾਣਦੇ ਹਾਂ ਤੇ ਹੋਇਆ ਉਹਦਾ ਕੌਜ਼ ਕੀ ਸੀ ਛੋਟੀ ਜਿਹੀ ਗੱਲ ਕਿਹੜੀ ਕਿ ਜਵਾਨ ਦੀ ਗੱਲ ਸੀ ਜਵਾਨ ਦਾ ਰਸ ਸੀ ਉਹ ਜਵਾਨ ਦੇ ਛੋਟੇ ਜਿਹੇ ਤੇ ਰਸਤੇ ਕਰਕੇ ਮਹਾਭਾਰਤ ਮੈਂ ਬਣ ਕੇ ਵੱਡੀ ਵੱਡੀਆਂ ਜੰਗ ਹੋ ਗਿਆ ਸੋ ਆਪਾਂ ਨੂੰ ਵੀ ਆਪਣੀ ਜਵਾਨ ਦੇ ਉੱਪਰ ਕੰਟਰੋਲ ਕਰਨਾ ਚਾਹੀਦਾ ਹੈ ਜਿੱਥੇ ਆਪਾਂ ਨੂੰ ਨਾ ਪਤਾ ਹੋਵੇ ਕਿ ਕਿਸੇ ਵੱਲ ਨੌਲੇਜ ਨਾ ਹੋਵੇ ਉੱਥੇ ਕਿਰਪਾ ਕਰਕੇ ਵੱਧ ਤੋਂ ਵੱਧ ਚੁੱਪ ਰਹਿਣ ਦੀ ਆਦਤ ਪਾਓ ਤੇ ਜੇ ਬੋਲੋ ਤਾਂ ਇਸ ਤਰ੍ਹਾਂ ਬੋਲੋ ਕਿ ਸਾਹਮਣੇ ਵਾਲਾ ਹੈਰਾਨ ਹੋ ਜਾਏ ਕਿ ਇੰਨਾ ਵਧੀਆ ਤੇ ਇੰਨੇ ਪ੍ਰਭਾਵਿਤ ਸ਼ਬਦ ਬੋਲੋ ਕਿ ਤੁਹਾਨੂੰ ਸਭ ਪਸੰਦ ਕਰਨ।